ਨਿਊ ਜਰਸੀ ਦੇ ਵਿੱਚ ਸਥਿਤ ਗੁਰਦੁਆਰਾ ਦਸ਼ਮੇਸ਼ ਦਰਬਾਰ ਦਾ 20ਵਾਂ ਸਥਾਪਨਾ ਦਿਵਸ ਬੜੀ ਹੀ ਧੂਮਧਾਮ ਦੇ ਨਾਲ ਮਨਾਇਆ ਗਿਆ। ਇਸ ਮੌਕੇ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਸ੍ਰੀ ਦਸ਼ਮੇਸ਼ ਦਰਬਾਰ ਵਿਖੇ ਨਤਮਸਤਕ ਹੋਈਆਂ। ਭਾਂਤ ਭਾਂਤ ਦੇ ਲੰਗਰ ਵਰਤਾਏ ਗਏ ਅਤੇ ਰਾਗੀ ਢਾਡੀ ਜਥਿਆਂ ਨੇ ਸੰਗਤਾਂ ਨੂੰ ਰਸਭਿੰਨੀ ਕੀਰਤਨ ਦੇ ਨਾਲ ਨਿਹਾਲ ਕੀਤਾ। ਇਸ ਮੌਕੇ ਤੇ ਜਿੱਥੇ ਨੌਜਵਾਨਾਂ ਦੇ ਸਿਰਾਂ ਤੇ ਦਸਤਾਨਾਂ ਸਜਾਈਆਂ ਗਈਆਂ, ਉੱਥੇ ਹੀ ਬੱਚਿਆਂ ਵਾਸਤੇ ਵੀ ਮਨੋਰੰਜਨ ਦੇ ਸਾਧਨ ਮੁਹੱਈਆ ਕਰਵਾਏ ਗਏ ਸਨ। ਵੱਖ ਵੱਖ ਲੰਗਰ ਅਤੁੱਟ ਵਰਤੇ। ਨਿਊ ਜਰਸੀ ਦੇ 800 ਪੋਰਟ ਰੀਡਿੰਗ ਐਵੇਨਿਊ ਵਿਖੇ ਸਥਿਤ ਗੁਰਦੁਆਰਾ ਦਸ਼ਮੇਸ਼ ਦਰਬਾਰ ਦਾ 20ਵਾਂ ਸਥਾਪਨਾ ਦਿਵਸ ਬੜੀ ਹੀ ਧੂਮਧਾਮ ਦੇ ਨਾਲ ਮਨਾਇਆ ਗਿਆ। ਇਸ ਮੌਕੇ ਦੂਰੋਂ ਨੇੜਿਓਂ ਸੰਗਤਾਂ ਨੇ ਗੁਰੂ ਘਰ ਵਿੱਚ ਮੱਥਾ ਟੇਕ ਕੇ ਗੁਰੂ ਸਾਹਿਬ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਰਾਗੀ ਢਾਡੀ ਜਥਿਆਂ ਨੇ ਰਸਭਿੰਨੀ ਕੀਰਤਨ ਅਤੇ ਵਾਰਾਂ ਗਾ ਕੇ ਸੰਗਤਾਂ ਨੂੰ ਇਲਾਹੀ ਬਾਣੀ ਦੇ ਨਾਲ ਜੋੜਿਆ ਅਤੇ ਨੌ ਨਿਹਾਲ ਕੀਤਾ। ਗੁਰਦੁਆਰਾ ਦਸ਼ਮੇਸ਼ ਦਰਬਾਰ ਦਾ ਝੂਲਦਾ ਹੋਇਆ ਨਿਸ਼ਾਨ ਸਾਹਿਬ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਸੰਗਤਾਂ ਨੂੰ ਆਪਣੇ ਵੱਲ ਆਕਰਸ਼ਿਤ ਕਰ ਰਿਹਾ ਸੀ। ਅੱਜ ਦਸ਼ਮੇਸ਼ ਦਰਬਾਰ ਦੀ ਹਿਸਟਰੀ ਦੇ ਵਿੱਚ ਬਹੁਤ ਇਤਿਹਾਸਿਕ ਦਿਨ ਸੀ। ਅੱਜ 20ਵਾਂ ਸਥਾਪਨਾ ਦਿਵਸ ਮਨਾਇਆ ਗਿਆ, ਕਿਉਂਕਿ ਅਸੀਂ ਜੋ ਵੀ ਆ ਸੱਜਣ ਖੜ੍ਹੇ ਆ ਸਾਥੀ ਮੇਰੇ, ਇਹ ਸਾਰੇ ਉਸ ਦਿਨ ਤੋਂ ਇਨਵਾਲਵ ਹੈ ਜਦੋਂ 99 ਤੋਂ ਅਸੀਂ ਪਹਿਲਾਂ ਇੱਕ ਹੋਰ ਜਗ੍ਹਾ 'ਤੇ ਗੁਰੂ ਘਰ ਦੀ ਬਿਲਡਿੰਗ ਲਈ। ਉਹ ਬਿਲਡਿੰਗ ਛੋਟੀ ਸੀ, ਕਾਫੀ ਕੰਸਟਰਕਸ਼ਨ ਹੋ ਗਈ ਸੀ, ਪਰ ਇਹ ਜਗ੍ਹਾ ਆਕਸ਼ਨ ਦੇ ਵਿੱਚ ਆਈ ਅਤੇ ਇਸ ਨੂੰ ਅਸੀਂ ਆਕਸ਼ਨ ਦੇ ਵਿੱਚ ਬਾਏ ਕੀਤਾ। ਅਤੇ ਉਸ ਟਾਈਮ 'ਤੇ ਕਮਿਊਨਿਟੀ ਵੀ ਇੰਨੀ ਗਰੋ ਨਹੀਂ ਸੀ ਹੋਈ, ਸੰਗਤ ਦੇ ਵਿੱਚ ਫੰਡਸ ਵੀ ਇੰਨੇ ਹੈ ਨਹੀਂ ਸੀ, ਅਤੇ ਜਿੰਨੇ ਵੀ ਸੱਜਣ ਅੱਗੇ ਸੀ ਉਹਨਾਂ ਨੇ ਸਾਰਿਆਂ ਨੇ ਘਰਾਂ 'ਤੇ ਲੋਨ ਲੈ ਕੇ ਜਾਂ ਕਿਸੇ ਟਾਈਪ ਦਾ ਵੀ ਕਮਰਸ਼ੀਅਲ ਲੋਨ ਲੈ ਕੇ ਇਹਦੀ ਪੇਮੈਂਟ ਕੀਤੀ। ਅਤੇ ਉਸ ਦਿਨ ਸਾਨੂੰ ਇਹ ਬਹੁਤ ਵੱਡੀ ਜਗ੍ਹਾ ਲੱਗਦੀ ਸੀ, ਪਰ ਅੱਜ 20 ਸਾਲਾਂ ਬਾਅਦ ਇਹ ਜਗ੍ਹਾ ਸਾਨੂੰ ਬਹੁਤ ਛੋਟੀ ਲੱਗਦੀ ਹੈ। ਸੰਗਤ ਬਹੁਤ ਹੁੰਮ ਹੁਮਾ ਕੇ ਇਸ ਸੈਂਟਰਲ ਗੁਰੂ ਘਰ ਦੇ ਵਿੱਚ ਆਉਂਦੀ ਹੈ, ਕਿਉਂਕਿ ਈਸਟ ਕੋਸਟ ਦਾ ਇਹ ਸਭ ਤੋਂ ਸੈਂਟਰਲ ਪੁਆਇੰਟ ਪੈਂਦਾ, ਟਰਨ ਬਾਈਕ ਦੇ ਉੱਪਰ ਹੈ, ਹੋਰ ਹਾਈਵੇਜ਼ ਦੇ ਨਾਲ ਹੈ। ਅਤੇ ਜਿਹੜੀ ਨਵੀਂ ਪ੍ਰਪੋਜ਼ਡ ਬਿਲਡਿੰਗ ਹੈ ਜਿਹੜੀ ਕਿ ਅਗਲੇ ਸਾਲ ਦੇ ਵਿੱਚ ਸ਼ੁਰੂ ਹੋ ਜਾਏਗੀ 2025 ਦੇ ਵਿੱਚ, ਉਹਦੀ ਬਿਲਡਿੰਗ ਦਾ ਸਾਈਜ਼ ਹੈ 67,000 ਸਕੁਅਰ ਫੁੱਟ, ਹੁਣ ਇਹ ਬਿਲਡਿੰਗ ਹੈਗੀ ਹੈ 24,000 ਸਕੁਅਰ ਫੁੱਟ, ਔਰ ਸਾਨੂੰ ਉਮੀਦ ਹੈ ਅਸੀਂ ਬਹੁਤ ਜਲਦੀ ਉਸ ਪ੍ਰੋਜੈਕਟ ਨੂੰ ਸਿਰੇ ਚਾੜ ਦੇਵਾਂਗੇ। ਤਕਰੀਬਨ 5,000 ਤੋਂ 6,000 ਸੰਗਤਾਂ ਨੇ ਗੁਰਦੁਆਰਾ ਦਸ਼ਮੇਸ਼ ਦਰਬਾਰ ਦੇ 20ਵੇਂ ਸਥਾਪਨਾ ਦਿਵਸ ਮੌਕੇ ਗੁਰੂ ਘਰ ਦੇ ਵਿੱਚ ਮੱਥਾ ਟੇਕ ਕੇ ਆਪਣੀਆਂ ਹਾਜ਼ਰੀਆਂ ਲਵਾਈਆਂ। ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਆਈਆਂ ਹੋਈਆਂ ਸੰਗਤਾਂ ਨੇ ਬੜੇ ਹੀ ਪ੍ਰੇਮ ਅਤੇ ਪਿਆਰ ਦੇ ਸਹਿਤ ਗੁਰੂ ਘਰ ਦਾ ਲੰਗਰ ਖੁਦ ਆਪਣੇ ਹੱਥੀਂ ਤਿਆਰ ਕੀਤਾ। ਭਾਂਤ ਭਾਂਤ ਦੀਆਂ ਸਬਜ਼ੀਆਂ ਅਤੇ ਪ੍ਰਸ਼ਾਦਿਆਂ ਨੂੰ ਪਿਆਰ ਦੇ ਨਾਲ ਬਣਾਇਆ ਗਿਆ ਤੇ ਫਿਰ ਉਸੇ ਹੀ ਪਿਆਰ ਸਹਿਤ ਸੰਗਤ ਦੇ ਵਿੱਚ ਲੰਗਰ ਨੂੰ ਵਰਤਾਇਆ ਗਿਆ। ਇਸ ਤੋਂ ਇਲਾਵਾ ਗੰਨੇ ਦਾ ਰਸ, ਪਾਓ ਭਾਜੀ, ਵੰਨ ਸਵੰਨੇ ਪਕੌੜੇ, ਗੋਲ ਗੱਪੇ, ਚਾਟ, ਪੀਜ਼ਾ, ਛੋਲੇ ਭਟੂਰੇ, ਜਲੇਬੀਆਂ, ਆਈਸਕ੍ਰੀਮ ਅਤੇ ਕੜਾਹ ਪ੍ਰਸਾਦ ਵਰਗੇ ਲੰਗਰ ਵੀ ਵਰਤਾਏ ਗਏ ਅਤੇ ਸੰਗਤਾਂ ਨੇ ਇਹਨਾਂ ਲੰਗਰਾਂ ਦਾ ਖੂਬ ਆਨੰਦ ਮਾਣਿਆ। ਦੂਜੇ ਪਾਸੇ ਅਰਦਾਸ ਵੇਲੇ ਨਗਾਰੇ ਵੀ ਵਜਾਏ ਗਏ। ਬੱਚਿਆਂ ਵਾਸਤੇ ਖਾਸ ਤੌਰ ਤੇ ਝੂਲਿਆਂ ਦਾ ਬੰਦੋਬਸਤ ਕੀਤਾ ਗਿਆ ਸੀ ਅਤੇ ਨੌਜਵਾਨਾਂ ਨੇ ਦਸਤਾਰਾਂ ਵੀ ਸਜਾਈਆਂ। ਇਸ ਮੌਕੇ ਉਚੇਚੇ ਤੌਰ ਤੇ ਧਰਮਪਾਲ ਸਿੰਘ, ਸਰਵਨ ਸਿੰਘ ਧਾਲੀਵਾਲ, ਖੁਸ਼ਵੰਤ ਸਿੰਘ ਨਿੱਜੜ, ਬਰਜਿੰਦਰ ਸਿੰਘ ਬਰਾੜ, ਸੁਖਜਿੰਦਰ ਸਿੰਘ ਗੁਰਾਇਆ, ਸੇਵਕ ਸਿੰਘ ਅਤੇ ਅਵਤਾਰ ਸਿੰਘ ਸ਼ੇਰਪੁਰੀ ਨੇ ਆਈਆਂ ਹੋਈਆਂ ਸੰਗਤਾਂ ਦਾ ਜਿੱਥੇ ਦਿਲੋਂ ਧੰਨਵਾਦ ਕੀਤਾ, ਉੱਥੇ ਹੀ ਉਹਨਾਂ ਨੇ ਗੁਰੂ ਘਰ ਨੂੰ ਲੈ ਕੇ ਹੋਰ ਅਹਿਮ ਜਾਣਕਾਰੀ ਸਾਂਝੀ ਕੀਤੀ। ਅੱਜ ਗੁਰਦੁਆਰਾ ਦਸ਼ਮੇਸ਼ ਦਰਬਾਰ ਵਿਖੇ 20ਵਾਂ ਸਥਾਪਨਾ ਦਿਵਸ ਮਨਾਇਆ ਗਿਆ ਬੜੀ ਧੂਮਧਾਮ ਦੇ ਨਾਲ। ਸਮੂਹ ਪੰਜਾਬੀ ਸੰਗਤਾਂ ਵੱਲੋਂ ਸੰਗਤਾਂ ਬੜੀ ਧੂਮਧਾਮ ਦੇ ਨਾਲ ਪਹੁੰਚੀਆਂ ਅਤੇ ਵੱਖਰੀ ਵੱਖਰੀ ਤਰ੍ਹਾਂ ਦੇ ਲੰਗਰ ਲਗਾਏ ਗਏ ਅਤੇ ਤਕਰੀਬਨ 70-80 ਮੀਲ ਤੋਂ ਲੋਕ ਚੱਲ ਕੇ ਆਏ
ਅਤੇ ਇੱਥੇ ਗੱਡੀਆਂ ਪਾਰਕਿੰਗ ਕਰਨ ਵਾਸਤੇ ਵੀ ਜਗ੍ਹਾ ਨਹੀਂ ਸੀ, ਇੰਨੀ ਸੰਗਤ ਸੀ ਅਤੇ ਸਾਡੇ ਵੱਲੋਂ ਸਭ ਦਾ ਧੰਨਵਾਦ। ਪਿਛਲੇ ਇੱਕ ਹਫ਼ਤੇ ਤੋਂ ਲੈ ਕੇ ਲਗਾਤਾਰ ਸੰਗਤਾਂ ਨੇ ਪੂਰਨ ਸਹਿਯੋਗ ਦਿੱਤਾ। ਇੱਕ ਹਫ਼ਤੇ ਤੋਂ ਲਗਾਤਾਰ ਪੂਰਨ ਲੰਗਰਾਂ ਦੀ ਤਿਆਰੀ ਚੱਲਦੀ ਰਹੀ ਅਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਅੱਜ ਅੰਮ੍ਰਿਤ ਵੇਲੇ ਤੋਂ ਲੈ ਕੇ ਸ਼ਾਮ ਵੇਲੇ ਤੱਕ ਸਾਰਾ ਦਿਨ ਲੰਗਰ ਬੇਸ਼ੁਮਾਰ ਬੇਅੰਤ ਵਰਤਾਏ ਗਏ। ਸੰਗਤਾਂ ਦੇ ਸਹਿਯੋਗ ਦੇ ਨਾਲ ਸਾਰਾ ਪ੍ਰੋਗਰਾਮ ਬੜੀ ਧੂਮਧਾਮ ਦੇ ਨਾਲ, ਪੂਰਨ ਸਹਿਯੋਗ ਦੇ ਨਾਲ, ਬੜੀ ਸ਼ਰਧਾ ਭਾਵਨਾ ਦੇ ਨਾਲ ਸੰਪੂਰਨ ਹੋਇਆ। ਸਤਿਗੁਰਾਂ ਨੇ ਬੜੀ ਅਪਾਰ ਬਖਸ਼ਿਸ਼ ਕਿਰਪਾ ਕੀਤੀ। ਸਾਰਾ ਹੀ ਪ੍ਰੋਗਰਾਮ ਸੰਗਤਾਂ ਅਤੇ ਪ੍ਰਬੰਧਕਾਂ ਦੇ ਸਹਿਯੋਗ ਦੇ ਨਾਲ ਬੜੀ ਸ਼ਰਧਾ ਭਾਵਨਾ ਦੇ ਨਾਲ ਸੰਪੂਰਨ ਮਨਾਇਆ ਗਿਆ। ਬੇਸ਼ੁਮਾਰ ਸੰਗਤਾਂ ਨੇ 5,000 ਤੋਂ ਲੈ ਕੇ 6,000 ਤੱਕ ਸੰਗਤਾਂ ਨੇ ਆ ਕਰਕੇ ਗੁਰੂ ਚਰਨਾਂ ਦੇ ਵਿੱਚ ਨਮਸਕਾਰ ਕੀਤੀ, ਹਜੇ ਹਾਜ਼ਰੀਆਂ ਭਰ ਕੇ ਲਾਹਾ ਪ੍ਰਾਪਤ ਕੀਤਾ ਜੀ। ਅੱਜ ਗੁਰਦੁਆਰਾ ਦਸ਼ਮੇਸ਼ ਦਰਬਾਰ ਕਾਰਟਰੇਟ ਵੇ ਅੱਜ ਗੁਰੂ ਘਰ ਦਾ 20 ਈਅਰ ਐਨਵਰਸਰੀ ਦਾ ਪ੍ਰੋਗਰਾਮ ਜੋ ਕੀਤਾ ਗਿਆ ਸੀ, ਬਹੁਤ ਹੀ ਸ਼ਰਧਾ ਭਾਵਨਾ ਨਾਲ ਦੁਨੀਆ ਹੁੰਮਾ ਕੇ ਆਈ ਆ ਅਤੇ ਹਰ ਤਰ੍ਹਾਂ ਦੇ ਲੰਗਰ, ਹਰ ਤਰ੍ਹਾਂ ਦੇ ਸੇਵਾ ਪ੍ਰਵਾਨ ਹੋਈ ਇੱਥੇ ਅਤੇ ਬਹੁਤ ਬਹੁਤ ਸੰਗਤਾਂ ਆਈਆਂ। ਅਸੀਂ ਸਾਰੀਆਂ ਸੰਗਤਾਂ ਦਾ ਬਹੁਤ ਤਹਿ ਦਿਲ ਧੰਨਵਾਦ ਕਰਦੇ ਹਾਂ, ਕਮੇਟੀ ਵੱਲੋਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਅਤੇ ਸੰਗਤਾਂ ਇੱਦਾਂ ਹੀ ਚੜ੍ਹਦੀ ਕਲਾ 'ਚ ਐਨਵਰਸਰੀ ਮਨਾਉਂਦੀ ਰਹਿਣ। ਅੱਜ ਸਾਡੇ ਗੁਰੂ ਘਰ ਦਸ਼ਮੇਸ਼ ਦਰਬਾਰ ਦੇ ਸਥਾਪਨਾ ਦਿਵਸ ਦਾ 20ਵਾਂ ਸਾਲ ਹੈ ਅਤੇ ਇਹਦੇ ਪ੍ਰੋਗਰਾਮ ਬੜੀ ਧੂਮਧਾਮ ਨਾਲ ਮਨਾ ਰਹੇ ਹਾਂ ਅਤੇ ਅੱਜ ਸਾਰੇ ਜਿੰਨੇ ਵੀ ਸੇਵਾਦਾਰ ਸੀਗੇ ਰਲ ਮਿਲ ਕੇ ਪ੍ਰੋਗਰਾਮ ਬਾਹਰ ਪਾਰਕਿੰਗ ਲਾਟ ਦੇ ਵਿੱਚ ਵੀ ਵਧੀਆ ਢੰਗ ਦੇ ਨਾਲ ਸੇਵਾ ਸਾਰੇ ਕਰ ਰਹੇ ਆ। ਜਿਹਦੇ ਵਿੱਚ ਰਸ ਦੇ ਸਟਾਲ ਲੱਗੇ ਆ, ਚਾਹ ਸਮੋਸੇ ਵਗੈਰਾ ਸਾਰਾ ਕੁਛ, ਛੋਲੇ ਭਟੂਰੇ, ਜਾਣੀ ਕਿ ਜਿਹੜੀ ਵੀ ਚੀਜ਼ ਦਾ ਨਾਲ ਉਹ ਸਾਰਾ ਕੁਛ ਵਧੀਆ ਪ੍ਰਬੰਧਕਾਂ ਨੇ ਆਯੋਜਨ ਕੀਤਾ ਅਤੇ ਸਾਰੇ ਰਲ ਮਿਲ ਕੇ ਸੇਵਾ ਨਿਭਾ ਰਹੇ ਆ ਅਤੇ ਬਹੁਤ ਵਧੀਆ ਲੱਗ ਰਿਹਾ ਜੀ। ਸਾਰੀ ਸੰਗਤ ਦਾ ਇੱਥੇ ਆਉਣ 'ਤੇ, ਦੂਰੋਂ ਨੇੜਿਓਂ ਚੱਲ ਕੇ ਸਾਰੀ ਸੰਗਤ ਜਿੰਨੀ ਵੀ ਆਈ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਅਸੀਂ ਤਹਿ ਦਿਲੋਂ ਸ਼ੁਕਰ ਕਰਦੇ ਹਾਂ ਮਹਾਰਾਜ ਦਾ, ਜਿਨ੍ਹਾਂ ਨੇ ਅੱਜ ਦਾ ਦਿਨ ਇਹ ਸਾਡੇ ਲਈ ਬਹੁਤ ਨੇਪਰੇ ਚਾੜਿਆ, ਬਹੁਤ ਵਧੀਆ ਖਤਮ ਹੋਇਆ, ਸਾਰਾ ਕੁਛ ਵਧੀਆ ਪ੍ਰੋਗਰਾਮ ਹੋਇਆ। ਗੁਰਦੁਆਰਾ ਸਾਹਿਬ ਨੂੰ ਬਣੇ ਨੂੰ 20 ਸਾਲ ਦਾ ਸਮਾਂ ਹੋ ਗਿਆ, 21ਵੇਂ ਸਾਲ ਦੇ ਵਿੱਚ ਅਸੀਂ ਹੈਗੇ ਹਾਂ ਅਤੇ ਜਦੋਂ ਤੋਂ ਸ਼ੁਰੂਆਤ ਕੀਤੀ ਆ ਅਤੇ ਅੱਜ ਤੱਕ ਦਾ ਜਿਹੜਾ ਡਿਫਰੈਂਸ ਆ ਬਹੁਤ ਵੱਡਾ ਡਿਫਰੈਂਸ ਹੈ। ਜਦੋਂ ਸ਼ੁਰੂਆਤ ਕੀਤੀ ਸੀਗੀ ਜਗ੍ਹਾ ਬੜੀ ਵੱਡੀ ਸੀਗੀ, ਬਟ ਜਿਉਂ ਜਿਉਂ ਅਸੀਂ ਅੱਗੇ ਨੂੰ ਪਲਾਂਘ ਪੜਦੇ ਜਾ ਰਹੇ ਹਾਂ ਤਿਉਂ ਤਿਉਂ ਜਿਹੜੀ ਜਗ੍ਹਾ ਸਾਨੂੰ ਛੋਟੀ ਹੁੰਦੀ ਨਜ਼ਰ ਆ ਰਹੀ ਹੈ। ਭਾਵੇਂ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੀ ਕੰਸਟਰਕਸ਼ਨ ਹੈ ਉਹ ਤਕਰੀਬਨ ਅਗਲੇ ਸਾਲ ਸ਼ੁਰੂ ਹੋ ਜਾਣੀ ਹੈ ਅਤੇ ਤਕਰੀਬਨ 2-3 ਸਾਲਾਂ ਦੇ ਵਿੱਚ ਹੀ ਅਸੀਂ ਕਾਫੀ ਵੱਡੀ ਬਿਲਡਿੰਗ ਦੇ ਵਿੱਚ ਤਬਦੀਲ ਹੋ ਜਾਵਾਂਗੇ ਜਿੱਥੇ ਕਿ ਫੁੱਲ ਫਲੈਜ ਸਕੂਲ ਹੋਊਗਾ। ਅੱਜ ਦੀ ਘੜੀ ਦੇ ਵਿੱਚ ਹਰੇਕ ਗੁਰਦੁਆਰਾ ਸਾਹਿਬ ਦੇ ਵਿੱਚ ਗਰੁੱਪਿਜ਼ਮ ਹੁੰਦਾ, ਪਰ ਇੱਥੇ ਜਿਹੜਾ ਗਰੁੱਪਿਜ਼ਮ ਹੈ ਇਸ ਕਰਕੇ ਨਹੀਂ ਆ, ਮਤਲਬ ਵੀ ਇੱਥੇ ਕੋਈ ਕਿਸੇ ਦਾ ਵੈਰ ਵਿਰੋਧ ਨਹੀਂ ਆ, ਸਾਰੇ ਤਕਰੀਬਨ ਕਲੈਕਟਿਵਲੀ ਜਿਹੜਾ ਵਰਕ ਹੈ ਉਹ ਕਰਦੇ ਆ, ਸਾਰੇ ਇੱਕ ਦੂਜੇ ਨੂੰ ਸਪੋਰਟ ਕਰਦੇ ਆ। ਸੋ ਜਿੰਨਾ ਵੀ ਇੱਥੇ ਕੰਮ ਹੋ ਰਿਹਾ ਅੱਜ ਉਹਦੇ ਵਿੱਚ ਸੰਗਤ ਦਾ ਔਰ ਸਾਰੇ ਗਰੁੱਪਸ ਦਾ ਬੜਾ ਸਹਿਯੋਗ ਆ, ਜਿਹਦੇ ਵਿੱਚ ਅਗਰ ਅਸੀਂ ਲੰਗਰ ਦੀ ਗੱਲ ਕਰੀਏ, ਲੰਗਰ ਦੇ ਵਿੱਚ ਉੱਥੇ ਨਵੀਆਂ ਮਸ਼ੀਨਾਂ ਲੱਗੀਆਂ ਨੇ, ਨਵਾਂ ਹੋਰ ਇਕਿਊਪਮੈਂਟ ਆ ਰਿਹਾ, ਸਾਰਾ ਕਾਰਪੇਟ ਜਿਹੜਾ ਬਦਲਿਆ ਗਿਆ, ਬਾਹਰਲੇ ਪਾਸੇ ਪਾਰਕਿੰਗ ਲਾਟ ਦੇ ਵਿੱਚ ਕਾਫੀ ਰਿਪੇਅਰ ਹੋਈ ਹੈ ਔਰ ਹੋਰ ਵੀ ਬੜੇ ਜਿਹੜੇ ਕਾਰਜ ਨੇ ਉਹ ਇਸ ਤਰੀਕੇ ਹੋ ਰਹੇ ਨੇ। ਸਕੂਲ ਦੇ ਵਿੱਚ ਜਿਹੜੇ ਆ ਉਹ ਕਾਫੀ ਸ਼ਲਾਘਾਯੋਗ ਕਦਮ ਹੋ ਰਹੇ ਨੇ ਅਤੇ ਜਿਹਦੇ ਵਿੱਚ ਸੰਗੀਤ ਦੀਆਂ ਕਲਾਸਾਂ, ਮਿਊਜ਼ਿਕ ਦੀਆਂ ਕਲਾਸਾਂ, ਕੀਰਤਨ ਦੀਆਂ ਕਲਾਸਾਂ ਨੇ ਜਿਹੜੀਆਂ ਉਹ ਜਾਰੀ ਨੇ ਅਤੇ ਵੱਖ ਵੱਖ ਤਰ੍ਹਾਂ ਦੇ ਜਿਹੜੇ ਪ੍ਰੋਗਰਾਮ ਨੇ ਉਹ ਇੱਥੇ ਉਲੀਕੇ ਗਏ ਨੇ। ਸੋ ਇਸੇ ਤਰੀਕੇ ਜਿਹੜੇ ਇਹ ਪ੍ਰੋਗਰਾਮ ਨਿਰੰਤਰ ਜਾਰੀ ਰਹਿਣਗੇ। ਉਮੀਦ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਮੈਨੇਜਮੈਂਟ ਇਸ ਤਰ੍ਹਾਂ ਨਵੀਆਂ ਪਲਾਂਘਾਂ ਪੁੱਟਦੀ ਰਹੂਗੀ। ਇਸ ਮੌਕੇ ਭਾਈ ਹਰਦੇਵ ਸਿੰਘ ਜੀ ਹੈੱਡ ਗ੍ਰੰਥੀ ਗੁਰਦੁਆਰਾ ਦਸਮੇਸ਼ ਦਰਬਾਰ, ਭਾਈ ਰਾਏ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਵਾਲੇ,
ਭਾਈ ਰਣਧੀਰ ਸਿੰਘ ਜੀ ਸਾਬਕਾ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਵਾਲੇ, ਭਾਈ ਮਨਜੀਤ ਸਿੰਘ ਜੀ ਬੰਬੇ ਵਾਲੇ, ਭਾਈ ਹਰਜਿੰਦਰ ਸਿੰਘ ਜੀ ਰਾਗੀ ਗੁਰਦੁਆਰਾ ਦਸਮੇਸ਼ ਦਰਬਾਰ ਅਤੇ ਢਾਡੀ ਮੋਹਨ ਸਿੰਘ ਬਡਾਣਾ ਦੇ ਵੱਲੋਂ ਵੀ ਸੰਗਤਾਂ ਨੂੰ ਇਲਾਹੀ ਬਾਣੀ ਨਾਲ ਜੋੜਿਆ ਗਿਆ। ਇਸ ਸਮਾਗਮ ਦੇ ਵਿੱਚ ਜਿੱਥੇ ਵੱਖ ਵੱਖ ਤਰ੍ਹਾਂ ਦੀਆਂ ਫੂਡ ਸਟਾਲਸ ਲਗਾਈਆਂ ਗਈਆਂ, ਕੀਰਤਨ ਕੀਤਾ ਗਿਆ, ਗੁਰੂ ਘਰ ਦੇ ਅੰਦਰ ਅਤੇ ਬਾਹਰ ਲੰਗਰ ਲਗਾਏ ਗਏ, ਉੱਥੇ ਹੀ ਇੱਕ ਖਾਸ ਸੁਨੇਹਾ ਵੀ ਕੌਮ ਨੂੰ ਭੇਜਿਆ ਗਿਆ। ਜ਼ਿਕਰ ਖਾਸ ਹੈ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਨਵੀਂ ਇਮਾਰਤ ਦੀ ਉਸਾਰੀ ਚੱਲ ਰਹੀ ਹੈ, ਜਿਸ ਵਾਸਤੇ ਗੁਰਦੁਆਰੇ ਦੀ ਮੈਨੇਜਮੈਂਟ ਦੇ ਵੱਲੋਂ ਡੋਨੇਸ਼ਨ ਵੀ ਇਕੱਠੀ ਕੀਤੀ ਜਾ ਰਹੀ ਹੈ ਅਤੇ ਆਈਆਂ ਹੋਈਆਂ ਸੰਗਤਾਂ ਨੇ ਇਸ ਇਮਾਰਤ ਦੀ ਡੋਨੇਸ਼ਨ ਵਿੱਚ ਆਪਣਾ ਭਰਪੂਰ ਯੋਗਦਾਨ ਪਾਇਆ।